ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਦੋਸਤੋ ਅੱਜ ਦੀ ਵੀਡੀਓ 'ਚ ਜਨਰਲ ਸਾਇੰਸ ਦੇ ਇੰਪੋਰਟੈਂਟ MCQ ਦਾ ਪਾਰਟ ਆਪਾਂ ਸੱਤ ਡਿਸਕਸ ਕਰਾਂਗੇ ਇਹ ਵੀਡੀਓ ਤੁਹਾਡੇ ਲਈ ਕੁਇਜ਼ ਹੋਵੇਗੀ ਇਸ ਤੋਂ ਇਲਾਵਾ ਜਨਰਲ ਸਾਇੰਸ ਦੇ 6 ਪਾਰਟ ਅਪਲੋਡ ਨੇ ਜੇਕਰ ਤੁਸੀਂ ਉਹ ਪਾਰਟ ਨਹੀਂ ਵੇਖੇ ਤਾਂ ਉਹਨਾਂ ਦਾ ਲਿੰਕ ਤੁਹਾਨੂੰ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ ਉਥੋਂ ਜਾ ਕੇ ਤੁਸੀਂ ਉਹ 6 ਪਾਰਟ ਜ਼ਰੂਰ ਵੇਖ ਲੈਣਾ ਜੀ ਤੇ ਨਾਲੇ ਅੱਜ ਦੀ ਵੀਡੀਓ ਦੀ PDF ਵੀ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਏਗੀ ਤੇ ਟੈਲੀਗ੍ਰam ਚੈਨਲ ਦਾ ਲਿੰਕ ਤੁਹਾਨੂੰ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੇਗਾ। ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ। ਹਾਂਜੀ ਇਸ ਵੀਡੀਓ ਵਿੱਚ ਜਿੰਨੇ ਵੀ ਕੁਐਸਚਨ ਹੋਣਗੇ ਉਹ ਇੱਕ ਵਾਰ ਤੁਸੀਂ ਪਹਿਲਾਂ ਆਪਣੇ ਮਾਈਂਡ 'ਚ ਸੋਲਵ ਕਰਨਾ ਜੀ ਤੇ ਵੀਡੀਓ ਦੇ ਐਂਡ ਵਿੱਚ ਤੁਸੀਂ ਆਪਣਾ ਸਕੋਰ ਹੈ ਜੇਲਾ ਸਾਨੂੰ ਕਮੈਂਟ ਬਾਕਸ 'ਚ ਦੱਸਣਾ ਕਿ ਅੱਜ ਦੀ ਵੀਡੀਓ 'ਚ ਤੁਸੀਂ ਕਿੰਨਾ ਸਕੋਰ ਕੀਤਾ ਹੈ। ਹਾਂਜੀ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ। ਹਾਂਜੀ ਸਟਾਰਟ ਕਰਦੇ ਹਾਂ ਅੱਜ ਦੀ ਕੁਇਜ਼ ਨੂੰ ਫਰਸਟ ਕੁਐਸਚਨ ਦਿੱਤਾ ਹੋਇਆ ਹੈ ਸੋਡੀਅਮ ਤਾਤੂ ਕਿਸ ਵਿੱਚ ਰੱਖੀ ਜਾਂਦੀ ਹੈ ਹਾਂਜੀ ਫਰਸਟ ਕੁਸ਼ਣ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਹਾਂਜੀ ਸੋਡੀਅਮ ਤਾਤੂ ਨੂੰ ਕਿਸ ਵਿੱਚ ਰੱਖਿਆ ਜਾਂਦਾ ਜੀ ਕੇਰੋਸਿਨ ਵਿੱਚ ਇਸ ਕੁਸ਼ਣ ਦਾ ਆਪਸ਼ਨ ਨੰਬਰ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਜਿਹਨੂੰ ਮਿੱਟੀ ਦਾ ਤੇਲ ਵੀ ਕਿਹਾ ਜਾਂਦਾ ਹੈ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਜੀ ਤੇਜਾਬੀ ਵਰਖਾ ਦਾ ਕੀ ਕਾਰਨ ਹੈ ਹਾਂਜੀ ਇਹ ਕੁਸ਼ਣ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਹੈ ਹਾਂਜੀ ਤੇਜਾਬੀ ਵਰਖਾ ਦਾ ਕਾਰਨ ਕੀ ਹੈਗਾ ਜਲਨ ਤੋਂ ਬਾਅਦ ਨਿਕਲੀਆਂ ਗੈਸਾਂ ਦਾ ਪਾਣੀ ਦੇ ਨਾਲ ਸੰਯੋਜਨ ਹਾਂਜੀ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਹੈ ਜਿਹੜਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਮਨੁੱਖ ਦੇ ਸਰੀਰ ਦਾ ਸਭ ਤੋਂ ਸਖਤ ਅੰਗ ਕਿਹੜਾ ਹੈਗਾ ਹਾਂਜੀ ਆਪਾਂ ਦੱਸਣਾ ਹੈ ਮਨੁੱਖ ਦੇ ਸਰੀਰ ਦਾ ਸਭ ਤੋਂ ਸਖਤ ਅੰਗ ਕਿਹੜਾ ਹੈਗਾ ਤਾਂ ਇਸ ਕੁਐਸਚਨ ਦਾ ਆਪਸ਼ਨ ਨੰਬਰ B ਹੈ ਜਿਹੜਾ ਆਪਣਾ ਉਹ ਕਰੈਕਟ ਹੋ ਜਾਵੇਗਾ ਦੰਦਾਂ ਦੀ ਚਾਲ ਯਾਨੀ ਕਿ ਜਿਸ ਨੂੰ ਕੀ ਕਿਹਾ ਜਾਂਦਾ ਹੈ ਐਨੈਮਲ ਵੀ ਕਿਹਾ ਜਾਂਦਾ ਹੈ ਇਹ ਕੁਐਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਜੀ ਨੈਕਸਟ ਕੁਐਸ਼ਨ ਵੱਲ ਚਲਦੇ ਆਂ ਨੈਕਸਟ ਕੁਐਸ਼ਨ ਦਿੱਤਾ ਹੋਇਆ ਹੈ ਟਾਈਟਨ ਹੈ ਹਾਂਜੀ ਚਾਰ ਆਪਸ਼ਨ ਆਪਣੇ ਕੋਲ ਦਿੱਤੇ ਹੋਏ ਨੇ ਆਪਾਂ ਦੱਸਣਾ ਹੈ ਕਿ ਟਾਈਟਨ ਜਿਹੜਾ ਕੀ ਹੈਗਾ ਤਾਂ ਇਸ ਕੁਐਸ਼ਨ ਦਾ ਆਪਸ਼ਨ ਨੰਬਰ ਜਿਹੜਾ ਆਪਣਾ A ਹੈ ਜਿਹੜਾ ਕਰੈਕਟ ਹੋ ਜਾਵੇਗਾ ਸ਼ਨੀ ਦਾ ਚੰਨ ਯਾਨੀ ਕਿ ਸ਼ਨੀ ਦਾ ਉਪਗ੍ਰਹ ਹੈਗਾ ਟਾਈਟਨ ਨੈਕਸਟ ਕੁਐਸ਼ਨ ਵੱਲ ਚਲਦੇ ਆਂ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਵਾਲਾਂ ਵਿੱਚ ਸਿਕਰੀ ਹੋਣਾ ਇੱਕ ਆਮ ਸਮੱਸਿਆ ਹੈ ਜਿਹੜੀ ਅਸਲ ਵਿੱਚ ਡੇਸ਼ ਦੇ ਨਾਲ ਹੁੰਦੀ ਹੈ ਜਿਵੇਂ ਚਾਰ ਆਪਸ਼ਨ ਦਿੱਤੇ ਹੋਏ ਨੇ ਆਪਾਂ ਦੱਸਣਾ ਹੈ ਕਿ ਇਹ ਕਿਸ ਦੇ ਕਾਰਨ ਹੁੰਦੀ ਹੈ ਤਾਂ ਇਸ ਕੁਐਸਚਨ ਦਾ ਜਿਹੜਾ ਆਪਣਾ ਫਰਸਟ ਆਪਸ਼ਨ ਆਉ ਕਰੈਕਟ ਹੋ ਜਾਵੇਗਾ ਕਮੀ ਦੇ ਕਾਰਨ ਹੋਣ ਵਾਲਾ ਇੱਕ ਰੋਗ ਹੈ ਜਿਸ ਵਿੱਚ ਚਮੜੀ ਦੀਆਂ ਕੋਸ਼ਿਕਾਵਾਂ ਸਮੇਂ ਤੋਂ ਪਹਿਲਾਂ ਮਰ ਜਾਂਦੀਆਂ ਹਨ ਇਸ ਕੁਐਸਚਨ ਦਾ ਆਪਸ਼ਨ ਨੰਬਰ ਫਰਸਟ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੈ ਜੀ ਨਸ਼ਕੀਟਨ ਦੀ ਵਿਧੀ ਹੈ ਆਪਾਂ ਦੱਸਣਾ ਹੈ ਨਿਸ਼ਕੀਟਨ ਦੀ ਵਿਧੀ ਚਾਰ ਆਪਸ਼ਨ ਆਪਣੇ ਕੋਲ ਦਿੱਤੇ ਹੋਏ ਨੇ ਹਾਂਜੀ ਇਸ ਕੁਐਸਚਨ ਦਾ ਡੀ ਆਪਸ਼ਨ ਹੈ ਜਿਹੜਾ ਆਪਣਾ ਉਹ ਕਰੈਕਟ ਹੋ ਜਾਵੇਗਾ ਨਿਸ਼ਚਿਤ ਸਮੇਂ ਲਈ ਗਰਮ ਕਰਨਾ ਤੇ ਬਾਅਦ ਵਿੱਚ ਠੰਡਾ ਕਰਨਾ ਹਾਂਜੀ ਇਸ ਵਿਧੀ ਨੂੰ ਕੀ ਕਿਹਾ ਜਾਂਦਾ ਹੈ ਨਿਸ਼ਕੀਟਨ ਵਿਧੀ ਕਿਹਾ ਜਾਂਦਾ ਹੈ ਹਾਂਜੀ ਜਿੰਨੇ ਕੁਐਸਚਨ ਤੁਸੀਂ ਇਸ ਕੁਇਜ਼ ਵਿੱਚ ਕਰੈਕਟ ਕਰਦੇ ਹੋ ਉਹ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਇੰਨੇ ਕੁਐਸਚਨ ਤੁਸੀਂ கரெக்ட் ਇੱਥੇ ਨੇ ਨੈਕਸਟ ਕੁਐਸ਼ਨ ਵੱਲ ਚਲਦੇ ਹਾਂ ਜੀ ਸਾਡਾ ਨੈਕਸਟ ਕੁਐਸ਼ਨ ਹੈਗਾ ਪ੍ਰਾਥਮਿਕ ਚਿਕਿਤਸਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਇਹ ਕੁਐਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਇਸ ਕੁਐਸ਼ਨ ਦਾ ਜਿਹੜਾ கரெਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਦੁਰਘਟਨਾ ਗ੍ਰਸਤ ਨੂੰ ਦਿੱਤੀ ਪਹਿਲੀ ਮਦਦ ਹਾਂਜੀ ਦੁਰਘਟਨਾ ਗ੍ਰਸਤ ਨੂੰ ਦਿੱਤੀ ਪਹਿਲੀ ਮਦਦ ਨੂੰ ਕੀ ਕਿਹਾ ਜਾਂਦਾ ਹੈ ਪ੍ਰਾਥਮਿਕ ਚਿਕਿਤਸਾ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਰਾਸ਼ਟਰੀ ਪਰਿਆਵਰਣ ਅਨੁਸੰਸਦਾਨ ਸੰਸਥਾਨ ਸਥਿਤ ਹੈ ਹਾਂਜੀ ਆਪਾਂ ਦੱਸਣਾ ਹੈ ਕਿ ਸਾਡਾ ਰਾਸ਼ਟਰੀ ਪਰਿਆਵਰਣ ਅਨੁਸੰਸਦਾਨ ਸੰਸਥਾਨ ਜਿਹੜਾ ਕਿੱਥੇ ਸਥਿਤ ਹੈਗਾ ਤਾਂ ਇਹ ਸਥਿਤ ਹੈਗਾ ਜੀ ਨਾਗਪੁਰ ਵਿੱਚ অপਸ਼ਨ ਨੰਬਰ ਡੀ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਉਹ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹੇਟ ਲਿਖੀ ਹੋਈ ਕਿਹੜੀ ਇਹ ਦਾਤੂ ਕਮਰੇ ਦੇ ਤਾਪਮਾਨ ਤੇ ਤਰਲ ਹੀ ਰਹਿੰਦੀ ਹੈ ਹਾਂਜੀ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਆਪਣਾ ਹੋ ਜਾਵੇਗਾ অপਸ਼ਨ ਨੰਬਰ ਬੀ ਬਰੋਮਾਈਨ ਹਾਂਜੀ ਬਰੋਮਾਈਨ ਜਿਹੜੀ ਇਹ ਦਾਤੂ ਹੈਗੀ ਹੈ ਇਹ ਕਮਰੇ ਦੇ ਤਾਪਮਾਨ ਤੇ ਹੀ ਤਰਲ ਰਹਿੰਦੀ ਹੈ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਧਰਤੀ ਤੇ ਦਿਨ ਰਾਤ ਹੋਣ ਦਾ ਕਾਰਨ ਆਪਾਂ ਦੱਸਣਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਸੀ ਹਾਂਜੀ ਧਰਤੀ ਤੇ ਦਿਨ ਰਾਤ ਹੋਣ ਦਾ ਕਾਰਨ ਹੈਗਾ ਆਪਣੀ ਧੂਰੀ ਤੇ ਘੁੰਮਣਾ ਹਾਂਜੀ ਧਰਤੀ ਦਾ ਆਪਣੀ ਧੂਰੀ ਤੇ ਘੁੰਮਣਾ ਇਹੀ ਕਾਰਨ ਹੈਗਾ ਦਿਨ ਰਾਤ ਹੋਣ ਦਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹੇਠ ਦਰਜ ਕਿਹੜੀ વાયરલ બીમારી ਨਹੀਂ હે હાજી ਇਸ ક્વેશ્ચન ਦਾ ਜਿਹੜਾ ਆਨਸਰ ਹੈ ਤੁਸੀਂ ਉਹ ਕਮੈਂਟ ਬਾਕਸ ਵਿੱਚ ਦੱਸਣਾ ਹੈ ਸਾਨੂੰ ਕਿ ਕਿਹੜੀ ਵਾਇਰਲ ਬਿਮਾਰੀ ਨਹੀਂ ਹੈ ਚਾਰ ਬਿਮਾਰੀਆਂ ਦੱਸੀਆਂ ਹੋਈਆਂ ਨੇ ਇਹਨਾਂ ਵਿੱਚੋਂ ਦੱਸਣਾ ਤੁਸੀਂ ਕਮੈਂਟ ਬਾਕਸ 'ਚ ਕਿ ਕਿਹੜੀ ਇੱਕ ਵਾਇਰਲ ਬਿਮਾਰੀ ਨਹੀਂ ਹੈ હાજી ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਕੋਣੀ ਵਿੱਚ ਕਿਹੜਾ ਜੋੜ ਹੁੰਦਾ ਹੈ ਜੀ ਆਪਾਂ ਦੱਸਣਾ ਹੈ ਕਿ ਕੋਣੀ ਵਿੱਚ ਕਿਹੜਾ ਜੋੜ ਹੁੰਦਾ ਹੈ ਇਸ ਕੁਐਸਚਨ ਦਾ অপਸ਼ਨ ਨੰਬਰ B ਹੈ ਜਿਹੜਾ ਆਪਣਾ ਕੋਰੈਕਟ ਹੋ ਜਾਵੇਗਾ ਹਿੰਜ ਜੋੜ ਬੀ ਆਪਸ਼ਨ ਹੈ ਜਿਹੜਾ ਆਪਣਾ ਕੋਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦਿੱਤਾ ਹੈ ਸਾਡੇ 100 ਮੁੰਡਲ ਵਿੱਚ ਕਿਹੜਾ ਇਕੱਲਾ ਗਰੇ ਹੈ ਜਿਸ ਨੂੰ ਧਰਤੀ ਦੀ ਪੈਣ ਵੀ ਕਿਹਾ ਜਾਂਦਾ ਹੈ ਹਾਂਜੀ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਕਾਫੀ ਵਾਰ ਐਗਜ਼ਾਮ ਵਿੱਚ ਜਿਹੜਾ ਪੁੱਛਿਆ ਜਾ ਚੁੱਕਿਆ ਹੈ ਜੀ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਹੈ ਜਿਹੜਾ ਕੋਰੈਕਟ ਹੋ ਜਾਵੇਗਾ ਸ਼ੁਕਰ ਹਾਂਜੀ ਸ਼ੁਕਰ ਨੂੰ ਧਰਤੀ ਦੀ ਪੈਣ ਵੀ ਕਿਹਾ ਜਾਂਦਾ ਹੈ ਤੇ ਸਾਂਝ ਦਾ ਤਾਰਾ ਵੀ ਕਿਹਾ ਜਾਂਦਾ ਹੈ ਯਾਨੀ ਕਿ ਈਵਨਿੰਗ ਸਟਾਰ ਵੀ ਇਹਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਆਪਣਾ ਨੈਕਸਟ ਕੁਐਸਚਨ ਹੈਗਾ ਹੈ ਹੇਟਾਂ ਦਰਜ ਕਿਹੜਾ ਪ੍ਰਦੂਸ਼ਕ ਗੱਡੀਆਂ ਦੀ ਐਗਜ਼ੌਸਟ ਨਿਕਾਸੀ ਵਿੱਚ ਨਹੀਂ ਹੁੰਦਾ ਹਾਂਜੀ ਆਪਾਂ ਦੱਸਣਾ ਹੈ ਕਿ ਕਿਹੜਾ ਪ੍ਰਦੂਸ਼ਕ ਗੱਡੀਆਂ ਦੀ ਐਗਜ਼ੌਸਟ ਨਿਕਾਸੀ ਵਿੱਚ ਨਹੀਂ ਹੁੰਦਾ ਹਾਂਜੀ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਅਮੋਨੀਆ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਨੈਕਸਟ ਕੁਐਸ਼ਨ ਦਿੱਤਾ ਹੋਇਆ ਹੈ ਮੱਛਰਾਂ ਵਿੱਚ ਪੋਸ਼ਣ ਦੀ ਵਿਧੀ ਆਪਾਂ ਦੱਸਣੀ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਇਸ ਕੁਐਸ਼ਨ ਦਾ ਜਿਹੜਾ ਆਪਣਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਪਰਜੀਵੀ ਪੋਸ਼ਣ ਹਾਂਜੀ ਮੱਛਰਾਂ ਵਿੱਚ ਪੋਸ਼ਣ ਦੀ ਵਿਧੀ ਕੀ ਜਿਹੜੀ ਹੈਗੀ ਜੀ ਪਰਜੀਵੀ ਪੋਸ਼ਣ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਜੀ ਸਾਡਾ ਨੈਕਸਟ ਕੁਐਸ਼ਨ ਹੈਗਾ ਕਾਰਬੋਹਾਈਡਰੇਟ ਚਰਬੀ ਅਤੇ ਪ੍ਰੋਟੀਨ ਦਾ ਪੂਰਨ ਪਾਚਨ ਇਸ ਦੇ ਵਿੱਚ ਹੁੰਦਾ ਹੈ ਹਾਂਜੀ ਚਾਰ ਆਪਸ਼ਨ ਆਪਣੇ ਕੋਲ ਨੇ ਆਪਾਂ ਦੱਸਣਾ ਹੈ ਕਿ ਕਾਰਬੋਹਾਈਡਰੇਟ ਚਰਬੀ ਅਤੇ ਪ੍ਰੋਟੀਨ ਦਾ ਪਾਚਨ ਜਿਹੜਾ ਕਿਸ ਵਿੱਚ ਹੁੰਦਾ ਹੈ ਹਾਂਜੀ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਸੀ ਛੋਟੀ ਆਂਤੜੀਆਂ ਹਾਂਜੀ ਛੋਟੀ ਆਂਤੜੀਆਂ ਵਿੱਚ ਕਾਰਬੋਹਾਈਡਰੇਟ ਚਰਬੀ ਅਤੇ ਪ੍ਰੋਟੀਨ ਦਾ ਪੂਰਨ ਪਾਚਨ ਹੁੰਦਾ ਹੈ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹੇਠਾਂ ਦਿੱਤੀ ਗਈ ਕਿਹੜੀ ਸਥਿਤੀ ਪਾਣੀ ਦੇ ਪਾਫ ਬਣਨ ਦੀ ਦਰ ਵਿੱਚ ਵਾਦਾ ਕਰਦੀ ਹੈ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਹਾਂਜੀ ਇਸ ਕੁਐਸਚਨ ਜਿਹੜਾ ਕਰੈਕਟ ਆਨਸਰ ਹੋਵੇਗਾ ਆਪਣਾ অপਸ਼ਨ ਨੰਬਰ 1 ਪਾਣੀ ਦੇ ਤਾਪਮਾਨ ਵਿੱਚ ਵਾਧਾ ਹਾਂਜੀ ਪਾਣੀ ਦੇ ਤਾਪਮਾਨ ਵਿੱਚ ਵਾਧਾ ਹੈ ਜਿਹੜਾ ਪਾਣੀ ਦੇ ਭਾਪਣ ਦੀ ਦਰਨ ਵਿੱਚ ਵਾਧਾ ਕਰਦਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਸਾਡਾ ਨੈਕਸਟ ਕੁਐਸਚਨ ਹੈਗਾ ਅੰਦਰਤਾ ਯਾਨੀ ਕਿ ਰਤੋਦੀ ਦੇ ਮਰੀਜ਼ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਹਾਂਜੀ ਕੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਚਾਰ ਆਪਸ਼ਨ ਆਪਣੇ ਕੋਲ ਹੈਗੇ ਨੇ ਹਾਂਜੀ ਇਸ ਕੁਸ਼ਚਨ ਦਾ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਫਸਟ ਸ਼ਕਰਗੰਦੀ ਹਾਂਜੀ ਜਿੰਦੇ ਮਰੀਜ਼ ਨੂੰ ਰਤੋਦੀ ਹੋ ਜਾਂਦੀ ਹੈ ਯਾਨੀ ਕਿ ਅੰਦਰਾਤਾ ਹੋ ਜਾਂਦਾ ਹੈ ਉਸ ਨੂੰ ਸ਼ਕਰਗੰਦੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ ਹਾਂਜੀ ਨੈਕਸਟ ਕੁਸ਼ਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਹੈ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡਾ ਆਹਾਰ ਪਾਚਕ ਯਾਨੀ ਕਿ ਮੈਟਾਬੋਲਿਕ ਅੰਗ ਆਪਾਂ ਦੱਸਣਾ ਹੈ ਕਿਹੜਾ ਹੈਗਾ ਤਾਂ ਇਸ ਕੁਐਸਚਨ ਦਾ ਜਿਹੜਾ ਆਪਣਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਜਿਗਰ ਯਾਨੀ ਕਿ ਲੀਵਰ ਹਾਂਜੀ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਕਰਨ ਜਾ ਰਿਹਾ ਜੀ ਹਾਂਜੀ ਕੁਐਸਚਨ ਹੈਗਾ ਜੀ ਹੇਟਾਂ ਦਰਜ ਮਨੁੱਖੀ ਸਰੀਰ ਦੇ ਕਿਸ ਅੰਗ ਨੂੰ ਰਿਜ਼ਰਵ ਬਲੱਡ ਬੈਂਕ ਕਿਹਾ ਜਾਂਦਾ ਹੈ ਹਾਂਜੀ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਫਿਰ ਤੋਂ ਰਿਪੀਟ ਕਰ ਦਿੰਨੇ ਆ ਹੇਟਾਂ ਦਰਜ ਮਨੁੱਖ ਸਰੀਰ ਦੇ ਕਿਸ ਅੰਗ ਨੂੰ ਰਿਜ਼ਰਵ ਬਲੱਡ ਬੈਂਕ ਕਿਹਾ ਜਾਂਦਾ ਹੈ ਹਾਂਜੀ ਇਸ ਕੁਐਸਚਨ ਦਾ ਕਰੈਕਟ ਆंसर ਹੋ ਜਾਏਗਾ ਆਪਣਾ ਆਪਸ਼ਨ ਨੰਬਰ 1 ਦਿੱਲੀ ਜਿਹਨੂੰ ਸਪਲਿਨ ਵੀ ਕਿਹਾ ਜਾਂਦਾ ਹੈ ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਾਂਗਾ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਜੀ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ